आउट ऑफ कंट्रोल हो गया, डिवाइडर से चढ़ी नीचे उतर गई, फिर दोबारा चढ़ी गड्डी पलटी। फ्लाई ओवर का जिहड़ा टर्न आ बहुत खतरनाक आ, ना इतने स्पीड ब्रेकर वगैरह वा, इतने स्पीड ब्रेकर होने चाहिए जी, कोई सेफ्टी तो होनी चाहिए है प्रशासन के लिए। बीती रात अमृतसर के एलिवेटिड रोड से वड्डा हादसा हुंदे हुंदे टलिया, जदों ब्रिज उपर एक महिला कार चालक की कार उस वेले पलट गई, जदों एलिवेटिड ब्रिज उपर एक मोड़ उत्ते स्पीड ब्रेकर ना होने के कारण चलते हुए कार बेकाबू होकर डिवाइडर तो पलट गई, जिस विच महिला का जानी नुकसान होने तो बचा हो गया। इस मौके की जानकारी देते हुए मौके पर मौजूद लोगों ने दसिया कि फ्लाईओवर का जो टर्न आ बहुत खतरनाक आ, ना इतने स्पीड ब्रेकर वगैरह वा, इतने स्पीड ब्रेकर होने चाहिए जी, गड्डी जो टर्न ली लेडीज सी जी उदो संभली नहीं, गड्डी कंट्रोल नहीं हुई, आउट ऑफ कंट्रोल हो गया, डिवाइडर से चढ़ी नीचे उतर गई, फिर दोबारा चढ़ी गड्डी पलटी। ਕਿੰਨੇ ਲੋਕ ਸੀ ਗੱਡੀ ਦੇ ਵਿੱਚ? ਗੱਡੀ 'ਚ ਇਕੱਲੀ ਉਹ ਲੇਡੀ ਸੀ ਸੀਗੀ ਜੀ। ਅੱਛਾ ਜੀ, ਬਚਾਅ ਹੋ ਗਿਆ ਜੀ? ਹਾਂਜੀ ਬਚਾਅ ਜੀ। ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਿਹੜਾ? ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ, ਜਾਂ ਤਾਂ ਸਪੀਡ ਕੰਟਰੋਲਰ ਦਾ ਹੋਵੇ ਕੋਈ ਸਿਸਟਮ, ਨਹੀਂ ਸਪੀਡ ਬ੍ਰੇਕਰ ਜ਼ਰੂਰ ਲੱਗਣੇ ਚਾਹੀਦੇ ਆ ਜੀ। ਪਹਿਲੇ ਵੀ ਇੱਥੇ ਪੁਲਿਸ ਵੱਲੋਂ ਨਾਕਾ ਲਗਾਇਆ ਜਾਂਦਾ ਇਹ ਸਪੀਡ ਜਿਹੜੇ? ਉਹ ਵਧੀਆ ਸੀ, ਵਧੀਆ ਗੱਲ ਸੀ ਸਰ, ਕਿਉਂਕਿ ਮੇਨ ਫਲਾਈਓਵਰ ਆ ਅੰਮ੍ਰਿਤਸਰ ਦਾ ਹੀ ਹੈ, ਲੋਕਾਂ ਸੇਫਟੀ ਵਾਸਤੇ ਇਹ ਜਿਹੜਾ ਸਪੀਡ ਬ੍ਰੇਕਰ ਵਗੈਰਾ ਚਾਹੀਦੇ ਆ ਜੀ। ਹੁਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਇਹੀ ਆ ਪ੍ਰਸ਼ਾਸਨ ਨੂੰ ਬੇਨਤੀ ਜੀ, ਆਪ ਪੁਲਿਸ ਦਾ ਸਪੀਡ ਦਾ ਕੰਟਰੋਲਰ ਦਾ ਲੱਗੇ ਜੀ ਇੱਥੇ, ਜਾਂ ਫਿਰ ਸਪੀਡ ਬ੍ਰੇਕਰ ਲੱਗਣ ਜੀ, ਕੋਈ ਸੇਫਟੀ ਤਾਂ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕਨੀ। ਸਾਹ ਵੀ ਆਉਂਦਾ ਸੀ, ਫਿਰ ਵਿੰਡੋਆਂ ਵੀ ਸਾਰੀਆਂ ਖੁੱਲੀਆਂ, ਸਾਊਂਡ ਚੱਲਦਾ ਵੇਖ ਕੇ, ਬਾਹਰ ਕੱਢ ਕੇ ਪਾਣੀ ਵਗੈਰਾ ਵੀ ਪੀਤਾ ਉਹਨੇ। ਪੁਲਿਸ ਆਈ ਕਿ ਮੌਕੇ ਤੇ? ਨਹੀਂ, ਪੁਲਿਸ ਨੂੰ ਨਹੀਂ ਇਨਫੋਰਮੇਸ਼ਨ ਪਤਾ ਨਹੀਂ ਗਿਆ ਰਿਹਾ ਨਹੀਂ, ਕਿਉਂਕਿ ਜਿਹੜੀ ਉਹਦੀ ਐਮਰਜੈਂਸੀ ਕਾਲ 'ਚ ਉਹਦੇ ਬ੍ਰਦਰ ਪਾਪਾ ਦਾ ਨੰਬਰ ਸੀਗਾ, ਸੀ ਬ੍ਰਦਰ ਪਾਪਾ ਨੂੰ ਕਾਲ ਕੀਤੀ ਉਹਦੇ, ਫਿਰ ਆ ਕੇ ਬ੍ਰਦਰ ਲੈ ਕੇ ਗਿਆ ਜੀ ਹਸਪੀਟਲ। ਇਸ ਸਭ ਵਿੱਚ ਮਹਿਲਾ ਦੀ ਜਾਨ ਬਚ ਗਈ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਉਸਨੂੰ ਇਲਾਜ ਲਈ ਲਿਜਾਇਆ ਗਿਆ ਹੈ।